ਪਾਤੜਾ ਮੰਡਲ ਕੀ ਘੱਗਾ ਪੁਲਿਸ ਵੱਲੋਂ ਇੱਕ ਕਥਿਤ ਆਰੋਪੀ ਨੂੰ ਸਮਾਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੇ 2016 'ਚ ਇੱਕ ਮੁਕੱਦਮਾ ਦਰਜ ਹੋਇਆ ਥਾ ਕਿ ਉਸਨੇ ਸਰਕਾਰੀ ਨੌਕਰੀ ਦਿਵਾਉਣ ਦੇ ਨਾਮ 'ਤੇ 4 ਲੱਖ ਰੁਪਏ ਕੀ ਠੱਗੀ ਮਾਰੀ ਹੈ। ਇਸ ਮਾਮਲੇ ਦੇ ਵਿੱਚ ਕਥਿਤ ਆਰੋਪੀ ਭਗੌੜਾ ਸੀ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਸਮਾਣਾ ਅਦਾਲਤ 'ਚ ਪੇਸ਼ ਕੀਤਾ। ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਉਸ ਨੂੰ 14 ਦਿਨ ਕੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਸਭ ਝੂਠ ਹੈ ਜੀ ਸਰ ਸਰ ਹਾਂਜੀ, ਇੱਦਾਂ ਦੀ ਕੋਈ ਗੱਲ ਨਹੀਂ ਸੀਗੀ। ਤੁਹਾਡੇ ਤੇ ਕਿਉਂ ਆਰੋਪ ਲਾਇਆ? ਇਹ ਪੈਸੇ ਪਾਇਆ ਜੀ, ਵਿਆਜ ਤੇ ਸੀਗੇ ਜੀ, ਲਏ ਪੈਸੇ 2% ਦੇ। ਤੁਹਾਡੇ ਤੋਂ? ਹਾਂਜੀ, ਨਹੀਂ ਸਰ ਨੇ ਲਏ ਸੀਗੇ। ਤੁਸੀਂ ਲਏ ਤੇ? ਹਾਂਜੀ। ਕਿਸ ਬੰਦੇ ਤੋਂ? ਇਹ ਅਸ਼ੋਕ ਕੁਮਾਰ ਤੋਂ ਜੀ, ਬ੍ਰਾਹਮਣ ਮਾਜਰੇ ਦਾ ਜੀ। ਬਸ ਉਹਨਾਂ ਨੇ ਝੂਠ ਪਾਠ ਪਾ ਕੇ ਜੀ ਐਵੇਂ ਵੀ ਨੌਕਰੀ ਦਾ ਬੇਸ ਬਣਾ ਕੇ ਪਰਚਾ ਦਰਜ ਕਰਾਇਆ ਜੀ। ਨਹੀਂ, ਜਿਹੜਾ ਉਹ ਕਹਿ ਰਹੇ ਵੀ ਕਿਹੜੇ ਮਹਿਕਮੇ 'ਚ ਨੌਕਰੀ ਦਿਵਾਉਣੀ ਹੈ ਤੁਸੀਂ? ਇਹ ਨਹੀਂ ਸਰ ਪਤਾ ਲੱਗਿਆ ਕੋਈ ਵੀ ਕਿਵੇਂ ਮੈਨੂੰ ਵੀ ਕਿੰਨਾ, ਵੈਸੇ ਇਹ ਲਿਖਾ ਕੇ ਜੀ ਉਹਨਾਂ ਨੇ ਉਹ ਕਰਵਾਇਆ ਜੀ। ਇਹ ਸਰ 420 ਦਾ ਮੁਕਦਮਾ ਦਰਜ ਆ ਜੀ, 21 ਨੰਬਰ 2016 ਦਾ। ਹਾਂਜੀ, ਪੀਓ ਸੀਗਾ ਜੀ ਕੋਰਟ 'ਚੋਂ ਜੀ। ਆਪਣੇ 4 ਲੱਖ ਰੁਪਈਆ ਨੇ ਜੀ ਲਿਆ ਸੀਗਾ ਨੌਕਰੀ ਦਿਵਾਉਣ ਵਾਸਤੇ, ਆਪਣੇ ਕਿਸੇ ਮਹਿਕਮੇ 'ਚ, ਸਰਕਾਰੀ ਮਹਿਕਮੇ 'ਚ। ਅਤੇ ਉਹਦੇ 4 ਲੱਖ ਰੁਪਈਏ ਦੀ ਠੱਗੀ ਮਾਰੀ। ਅਸ਼ੋਕ ਕੁਮਾਰ ਜੀ, ਆਪਣਾ ਬਾਹਮਣ ਮਾਜਰੇ ਦਾ ਜੀ। ਨੌਕਰੀ ਕਿਹੜੇ ਡਿਪਾਰਟਮੈਂਟ ਮੈਂ ਕਿਹਾ ਦਵਾਂਗਾ? ਨੌਕਰੀ ਤਾਂ ਨਹੀਂ, ਵੈਸੇ ਨੌਕਰੀ ਕੋਈ ਉਹਦੀ ਗੱਲਬਾਤ ਚੱਲੀ ਸੀ, ਇਹਨੇ ਪੈਸੇ ਲਏ ਸੀ। ਪੀਓ ਕਿੰਨੇ ਟਾਈਮ ਤੁਸੀਂ? ਇਹ ਸਾਰਾ 1.5 ਸਾਲ ਹੋ ਗਿਆ ਕਰੀਬ। ਹੁਣ ਕਾਰਵਾਈ? ਹੁਣ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜੀ। ਰਿਮਾਂਡ ਮਿਲਿਆ ਕੋਈ? ਸਰ ਜੁਡੀਸ਼ੀਅਲ ਰਿਮਾਂਡ ਆ ਜੀ। ਅੱਛਾ, ਜੁਡੀਸ਼ੀਅਲ 14 ਦਿਨ? ਹਾਂਜੀ। ਬਿਊਰੋ ਰਿਪੋਰਟ, ਸਮਾਣਾ ਨਿਊਜ਼।